ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਜਦੋਂ ਮਿਊਨਸੀਪਲ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਗਿੱਦੜਬਾਹਾ ਦੇ ਘੰਟਾ ਘਰ ਚੌਕ ਵਿਖੇ ਗੰਦ ਦੀਆਂ ਭਰੀਆਂ ਟਰਾਲੀਆਂ ਸੁੱਟ ਕੇ ਕੀਤਾ ਗਿਆ ਜ਼ੋਰਦਾਰ ਪ੍ਰਦਰਸ਼ਨ ਪੰਜਾਬ ਸਰਕਾਰ ਵਿਰੁੱਧ। ਸਾਡੀ ਕਈ ਮਹੀਨਿਆਂ ਤੋਂ ਦਿੱਕਤ ਚੱਲੀ ਆ ਰਹੀ ਹੈ ਕਿ ਅਸੀਂ ਆਪਣੇ ਘਰ ਦੇ ਗੁਜ਼ਾਰੇ ਜਿਹੜੇ ਬੜੀ ਮੁਸ਼ਕਿਲ ਨਾਲ ਕੀ ਹੋ ਹੀ ਨਹੀਂ ਰਹੇ ਸਨ। ਜੇ ਮੰਨ ਕੇ ਚੱਲੋ ਇੱਕ ਮੁਲਾਜ਼ਮ ਨੂੰ ਮਹੀਨੇ ਮੰਤਰੀ ਦੀ ਤਨਖਾਹ ਨਾ ਮਿਲੇ ਅਤੇ ਦੋ ਦੋ ਤਿੰਨ ਤਿੰਨ ਮਹੀਨੇ ਹੋ ਜਾਣ ਜਿਹੜੇ ਤਨਖਾਹ 'ਤੇ ਗੁਜ਼ਾਰਾ ਕਰਦੇ, ਉਹਨਾਂ ਦਾ ਹਾਲ ਹੀ ਕੀ ਹੋਊ? ਸਾਡੀਆਂ ਜਿਹੜੀਆਂ ਤਨਖਾਹਾਂ ਨਹੀਂ ਮਿਲਦੀਆਂ, ਅਸੀਂ ਪੰਜਾਬ ਗੌਰਮੈਂਟ ਤੋਂ, ਅਸੀਂ ਗਿੱਦੜਬਾਹਾ ਤੌਰ 'ਤੇ ਨਹੀਂ, ਅਸੀਂ ਸਾਰੇ ਪੰਜਾਬ ਦੇ ਹੀ ਸਾਰੇ ਮੰਗ ਕਰ ਰਹੇ ਹਾਂ ਕਿ ਸਾਰੀਆਂ ਨਗਰ ਕੌਂਸਲ, ਨਗਰ ਪਾਲਿਕਾਵਾਂ ਜਿਹੜੀ ਹੈ, ਸਿਪਾਹੀ ਸੇਵਕ ਜਿਹੜੇ ਆ, ਸਾਰੇ ਪੰਜਾਬ ਸਰਕਾਰ ਤੋਂ ਇਸੇ ਚੀਜ਼ ਤੋਂ ਦੁਖੀ ਆ ਅਸੀਂ ਕਿ ਸਾਨੂੰ ਟਾਈਮ 'ਤੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਪੰਜਾਬ ਦੀਆਂ ਸੜਕਾਂ ਉੱਤੇ ਆਏ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਸਾਰੇ ਮੁਲਾਜ਼ਮ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਵਿੱਚੋਂ ਹੀ ਇੱਕ ਮਿਊਨਸੀਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਜੋ ਬੀਤੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਪ੍ਰਸ਼ਾਸਨ ਅੱਗੇ ਰੱਖਦੇ ਆਏ ਨੇ, ਪਰ ਪ੍ਰਸ਼ਾਸਨ ਹਮੇਸ਼ਾ ਹੀ ਇਹਨਾਂ ਦੀਆਂ ਮੰਗਾਂ ਠੰਡੇ ਬਸ ਤੇ ਪਾਉਂਦਾ ਰਿਹਾ ਹੈ। ਗਿੱਦੜਬਾਹਾ ਵਿੱਚ ਨਗਰ ਕੌਂਸਲ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਵੀ ਦੀ ਪ੍ਰਧਾਨਗੀ ਹੇਠ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਥਾਨਕ ਘੰਟਾ ਘਰ ਚੌਂਕ ਵਿਖੇ ਕੂੜਾ ਸੁੱਟ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਕੇਸ਼ ਕੁਮਾਰ ਬੌਵੀ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ, ਜਿਸ ਕਰਕੇ ਸਮੂਹ ਸਫਾਈ ਕਰਮਚਾਰੀ ਫਾਕੇ ਕੱਟਣ ਲਈ ਮਜਬੂਰ ਹਨ ਅਤੇ ਵਿਆਜ ਦੇ ਪੈਸੇ ਲੈ ਕੇ ਆਪਣੇ ਘਰਾਂ ਦੇ ਗੁਜ਼ਾਰੇ ਕਰ ਰਹੇ ਨੇ ਅਤੇ ਹੁਣ ਤਾਂ ਕਰਜ਼ਾ ਦੇਣ ਵਾਲਿਆਂ ਅਤੇ ਦੁਕਾਨਦਾਰਾਂ ਨੇ ਵੀ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ, ਬਿਜਲੀ ਦੇ ਬਿੱਲ ਸਭ ਬਕਾਇਆ ਪਏ ਨੇ। ਸਾਡੇ ਵੱਲੋਂ ਬਾਰ ਬਾਰ ਕਰਜ਼ਾ ਸਾਧਕ ਅਫਸਰ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਹ ਬਾਜ਼ਾਰ ਵਿੱਚ ਕੂੜਾ ਸੁੱਟਣ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਨੇ। ਉਹਨਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਉਹਨਾਂ ਦੇ PF ਦੀ ਰਾਸ਼ੀ ਤਾਂ ਤਨਖਾਹ ਵੇਲੇ ਕੱਟ ਲਈ ਜਾਂਦੀ ਹੈ ਪਰ ਜਮ੍ਹਾਂ ਨਹੀਂ ਕਰਵਾਈ ਜਾਂਦੀ, ਜਿਸ ਕਰਕੇ ਉਹ PF ਖਾਤਿਆਂ ਵਿੱਚੋਂ ਪੈਸਾ ਵੀ ਨਹੀਂ ਕਢਵਾ ਸਕਦੇ। ਉਹਨਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਭਰ ਵਿੱਚ ਸਮੂਹ ਕਰਮਚਾਰੀਆਂ ਨੂੰ ਹਰ ਮਹੀਨੇ ਦੀ 5 ਤਰੀਕ ਤੱਕ ਤਨਖਾਹ ਦੇਣੀ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਅਗਰ ਜਲਦ ਹੀ ਸਰਕਾਰ ਨੇ ਉਹਨਾਂ ਦੀ ਬਕਾਇਆ ਤਨਖਾਹ ਉਹਨਾਂ ਨੂੰ ਨਾ ਦਿੱਤੀ ਤਾਂ ਉਹ ਤਿੱਖਾ ਸੰਘਰਸ਼ ਕਰਨ ਤੇ ਮਜਬੂਰ ਹੋਣਗੇ ਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਸਾਡੀ ਕਈ ਮਹੀਨਿਆਂ ਤੋਂ ਦਿੱਕਤ ਚੱਲੀ ਆ ਰਹੀ ਹੈ ਕਿ ਅਸੀਂ ਆਪਣੇ ਘਰ ਦੇ ਗੁਜ਼ਾਰੇ ਜਿਹੜੇ ਬੜੀ ਮੁਸ਼ਕਿਲ ਨਾਲ ਕੀ ਹੋ ਹੀ ਨਹੀਂ ਰਹੇ ਸਨ। ਜੇ ਮੰਨ ਕੇ ਚੱਲੋ ਇੱਕ ਮੁਲਾਜ਼ਮ ਨੂੰ ਮਹੀਨੇ ਮੰਤਰੀ ਦੀ ਇੱਕ ਤਨਖਾਹ ਨਾ ਮਿਲੇ ਅਤੇ ਦੋ ਦੋ ਤਿੰਨ ਤਿੰਨ ਮਹੀਨੇ ਹੋ ਜਾਣ ਜਿਹੜੇ ਤਨਖਾਹ 'ਤੇ ਗੁਜ਼ਾਰਾ ਕਰਦੇ, ਉਹਨਾਂ ਦਾ ਹਾਲ ਕੀ ਬਣੂ? ਸਾਡੀਆਂ ਜਿਹੜੀਆਂ ਤਨਖਾਹਾਂ ਨਹੀਂ ਮਿਲਦੀਆਂ, ਅਸੀਂ ਪੰਜਾਬ ਗੌਰਮੈਂਟ ਨੂੰ, ਅਸੀਂ ਗਿੱਦੜਬਾਹਾ ਤੌਰ 'ਤੇ ਨਹੀਂ, ਅਸੀਂ ਸਾਰੇ ਪੰਜਾਬ ਦੇ ਹੀ ਸਾਰੇ ਮੰਗ ਕਰ ਰਹੇ ਹਾਂ ਕਿ ਸਾਰੀਆਂ ਨਗਰ ਕੌਂਸਲ, ਨਗਰ ਪਾਲਿਕਾਵਾਂ ਜਿਹੜੀ ਹੈ, ਸਿਪਾਹੀ ਸੇਵਕ ਜਿਹੜੇ ਆ, ਸਾਰੇ ਪੰਜਾਬ ਸਰਕਾਰ ਤੋਂ ਇਸੇ ਚੀਜ਼ ਤੋਂ ਦੁਖੀ ਆ ਅਸੀਂ ਕਿ ਸਾਨੂੰ ਟਾਈਮ 'ਤੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਜੇ ਸਾਨੂੰ ਟਾਈਮ 'ਤੇ ਤਨਖਾਹਾਂ ਮਿਲਣ ਤੇ ਅਸੀਂ ਵੀ ਆਪਣੇ ਕੋਈ ਘਰ ਦਾ ਗੁਜ਼ਾਰਾ ਕਰ ਸਕੀਏ, ਜੇ ਸਾਨੂੰ ਟਾਈਮ 'ਤੇ ਤਨਖਾਹ ਨਹੀਂ ਮਿਲਦੀ, ਸਾਡੇ ਘਰ ਦੇ ਗੁਜ਼ਾਰੇ ਹੋਣੇ ਬਹੁਤ ਮੁਸ਼ਕਲ ਹੋ ਰਹੇ ਹੈ। ਇੱਥੋਂ ਤੱਕ ਕਿ ਸਾਨੂੰ ਸਕੂਲਾਂ ਦੀ ਫੀਸ ਦੇਣੀ ਬਹੁਤ ਔਖੀ ਹੋ ਰਹੀ ਹੈ, ਜੋ ਕਿ ਸਾਡੇ ਬੱਚਿਆਂ ਦੇ ਨਾਮ ਕੱਟਣ ਤੱਕ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਐਨ ਮੌਕੇ ਹੁਣ ਅਗਲੇ ਮਹੀਨੇ ਬੱਚਿਆਂ ਦੇ ਪੇਪਰ ਹੈ। ਅਸੀਂ ਇਹ ਸੋਚੀ ਜਾਂਦੇ ਹਾਂ ਕਿ ਅਸੀਂ ਬੱਚਿਆਂ ਦੇ ਪੇਪਰ ਕਿਵੇਂ ਕਰਾਵਾਂਗੇ, ਜੋ ਕਿ ਸਕੂਲ ਕਹਿੰਦਾ ਵੀ ਸਾਨੂੰ ਐਨ ਮੌਕੇ ਪੇਪਰ ਹੈਗੇ ਆ ਅਤੇ ਸਾਨੂੰ ਫੀਸਾਂ ਦੇ ਜਾਣ। ਸਾਨੂੰ ਰਾਸ਼ਨ ਤੋਂ ਵੀ ਅਸੀਂ ਦੁਖੀ ਹੋਏ ਪਏ ਹਾਂ। ਦੁਕਾਨਦਾਰ ਕਹਿੰਦੇ ਇੱਕ ਮਹੀਨਾ ਹੁੰਦਾ, ਦੋ ਮਹੀਨੇ ਹੁੰਦੇ, ਤਿੰਨ ਤਿੰਨ ਚਾਰ ਚਾਰ ਮਹੀਨੇ ਥੋੜ੍ਹਾ ਅਸੀਂ ਉਧਾਰ ਦੇ ਦਿਆਂਗੇ। ਅਸੀਂ ਜਿਹੜੇ ਘਰ ਦੇ ਜਿਹੜੀ ਚੀਜ਼ਾਂ ਬਣਾਉਂਦੇ ਹੋ ਨਾ, ਜਿਹੜੀ ਅਸੀਂ
ਗੈਸ ਤੱਕ ਵੀ ਭਰਾਉਂਦੇ ਹਾਂ, ਸਾਨੂੰ ਉਹ ਵੀ ਰੋਟੀ ਖਾਣ ਦੇ ਮੁਤਾਬਿਕ ਮੁਤਾਜ ਹੋਏ ਪਏ ਆ। ਸਾਨੂੰ ਸਾਡੇ ਮੁਲਾਜ਼ਮ ਇਹੋ ਜਿਹੀ ਵੀ ਹੈਗੇ ਆ ਜਿਨ੍ਹਾਂ ਦਾ ਗੁਜ਼ਾਰਾ ਨਾ ਹੋਣ ਕਰਕੇ ਅਸੀਂ ਘਰ ਦਾ ਸਮਾਨ ਤੱਕ ਵੀ ਵੇਚ ਦਿੱਤਾ ਕਿ ਸਮਾਨ ਵੇਚ ਕੇ ਅਸੀਂ ਆਪਣਾ ਗੁਜ਼ਾਰਾ ਕਰੀਏ, ਰੋਟੀ ਖਾਣ ਵਾਸਤੇ ਅਸੀਂ ਆਪਣਾ ਘਰ ਦਾ ਸਮਾਨ ਵੇਚ ਦਿੱਤਾ। ਸਾਡੇ ਬੱਚੇ ਭੁੱਖੇ ਮਰ ਰਹੇ ਆ, ਸਾਨੂੰ ਬਿਜਲੀ ਦੇ ਬਿੱਲ ਦੇਣੇ ਔਖੇ ਹੋ ਰਹੇ ਆ, ਸਾਨੂੰ ਰੋਟੀ ਖਾਣੀ ਔਖੀ ਹੋ ਰਹੀ ਹੈ, ਸਾਨੂੰ ਆਟਾ ਦੇਣ ਵਾਲਾ ਜਿਹੜਾ ਹੈ ਦੁਕਾਨਦਾਰ ਉਹ ਵੀ ਬੜਾ ਮੁਸ਼ਕਿਲ ਸਾਨੂੰ ਦੇ ਰਿਹਾ। ਮੁਲਾਜ਼ਮ ਕਹਿੰਦੇ ਆ ਜੀ ਸਾਨੂੰ ਪੰਜਾਬ ਸਰਕਾਰ ਇਹ ਜਵਾਬ ਦੇਵੇ ਜੇ ਮੁਲਾਜ਼ਮ ਵਾਸਤੇ ਖਜ਼ਾਨੇ ਖਾਲੀ ਹੈ ਤੇ ਪੰਜਾਬ ਗੌਰਮੈਂਟ ਦੇ ਜਿਹੜੇ ਬਾਕੀ ਦੇ ਨੁਮਾਇੰਦੇ ਹੈਗੇ ਉਹਨਾਂ ਨੂੰ ਤਨਖਾਹ ਕਿਉਂ ਮਿਲਦੀ ਹੈ? ਕੀ ਕਦੇ ਪੰਜਾਬ ਸਰਕਾਰ ਨੇ ਇਹ ਮੁੱਦਾ ਉਠਾਇਆ ਜਾਂ ਅਖਬਾਰ ਨਿਊਜ਼ ਦੇ ਵਿੱਚ ਇਹ ਦਿੱਤੀ ਕਿ ਅਸੀਂ 1 ਤਰੀਕ ਨੂੰ ਅਸੀਂ ਸਾਡੇ ਭੱਤੇ ਜਿਹੜੇ ਆ ਪੰਜਾਬ ਸਰਕਾਰ ਦੇ ਵਿੱਚ ਖਜ਼ਾਨੇ ਖਾਲੀ ਹੈ, ਸਾਨੂੰ ਭੱਤੇ ਨਹੀਂ ਮਿਲਦੇ? ਇਹ ਮੁਲਾਜ਼ਮਾਂ ਨਾਲ ਹੀ ਕਿਉਂ ਹੁੰਦਾ ਕਿ ਮੁਲਾਜ਼ਮ ਜਦੋਂ ਕੁਛ ਮੰਗ ਕਰਦਾ ਤੇ ਮੁਲਾਜ਼ਮ ਵਾਸਤੇ ਮਤਲਬ ਖਜ਼ਾਨੇ ਖਾਲੀ, ਜਦੋਂ ਕੋਈ ਪੰਜਾਬ ਗੌਰਮੈਂਟ ਦੇ ਕੋਈ ਵੀ ਹੈ ਨੁਮਾਇੰਦੇ ਹੈ ਉਹਨਾਂ ਵਾਸਤੇ ਖਜ਼ਾਨੇ ਖੁੱਲੇ, ਉਹ ਆਪਣੇ 1 ਤਰੀਕ ਨੂੰ ਸਾਰੇ ਭੱਤੇ ਲੈ ਲੈਂਦੇ ਆ ਲੇਕਿਨ ਮੁਲਾਜ਼ਮ ਨਹੀਂ। ਜਾਂ ਤਾਂ ਇਹ ਵੀ ਖਜ਼ਾਨੇ ਖਾਲੀ ਅਸੀਂ ਮੰਨੀਏ ਕਿ ਇਹ ਵੀ ਸਾਡੇ ਨਾਲ ਖੜੇ ਹੋਣ ਕਿ ਪੰਜਾਬ ਦੇ ਵਿੱਚ ਬਾਕੀ ਖਜ਼ਾਨਾ ਖਾਲੀ ਹੈ ਕਿ ਸਾਨੂੰ ਵੀ ਕੁਛ ਨਹੀਂ ਮਿਲਿਆ, ਲੇਕਿਨ ਮੁਲਾਜ਼ਮ ਵਾਸਤੇ ਕੁਛ ਨਹੀਂ ਗਾ, ਇਹਨਾਂ ਵਾਸਤੇ ਸਾਰਾ ਕੁਛ ਹੈ। ਅਸੀਂ ਡਿਮਾਂਡ ਕਰਦੇ ਹਾਂ ਸਾਨੂੰ ਹਰ ਮਹੀਨੇ ਦੀ 1-2-3 ਤਾਰੀਖ ਤੱਕ ਸਾਨੂੰ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਗੁਜ਼ਾਰਾ ਕਰ ਸਕੀਏ। ਸਾਨੂੰ ਤਨਖਾਹ ਦਿੱਤੀ ਜਾਂਦੀ ਹੈ, ਕਿੰਨੇ ਸਾਲਾਂ ਹੀ ਹੋ ਗਏ ਸਾਨੂੰ ਤਨਖਾਹ ਦਿੱਤੀ ਜਾਂਦੀ ਹੈ, ਜਿੰਨੇ ਵੀ ਸਾਡੀ ਤਨਖਾਹ ਦੇ ਵਿੱਚ ਕਟੌਤੀਆਂ ਹੁੰਦੀਆਂ PF ਦੀ, LIC ਦੀ, ਬੈਂਕ ਦੇ ਲੋਨ ਜਾਂ ਹੋਰ ਭੱਤੇ ਜੋ ਵੀ ਕਟੌਤੀ ਹੁੰਦੀ ਹੈ, ਅਸੀਂ ਤਾਂ ਇਹਨਾਂ ਤੋਂ ਹੀ ਵਾਂਝ ਹੋਏ ਪਏ ਹਾਂ। ਅਸੀਂ PF ਨਹੀਂ ਕਢਾ ਸਕਦੇ ਕਿਉਂਕਿ ਸਾਡੇ PF ਖਾਤਿਆਂ ਦੇ ਵਿੱਚ ਪੈਸੇ ਹੀ ਨਹੀਂ ਹੁੰਦੇ, ਸਾਡੀਆਂ ਤਨਖਾਹਾਂ ਕੱਟੀਆਂ ਜਾਂਦੀਆਂ, ਲੇਕਿਨ ਸਾਨੂੰ ਜਿਹੜੇ ਕਟੌਤੀ ਹੁੰਦੀ ਹੈ ਉਹ ਸਾਡੀ ਕਟੌਤੀ ਦੀ ਭਰਪਾਈ ਨਹੀਂ ਹੁੰਦੀ। ਅਸੀਂ ਤਾਂ ਤਨਖਾਹ ਵਿਵਸਥਾ ਤੋਂ ਉਹੀ ਮਰੀ ਜਾਂਦੇ ਹਾਂ, ਲੇਕਿਨ ਅਸੀਂ ਆਪਣੀ ਜਿਹੜੀ ਕਟੌਤੀਆਂ ਹੁੰਦੀਆਂ ਉਸ ਪਾਸੇ ਹੀ ਮਰੀ ਜਾਂਦੇ ਹਾਂ। ਬੈਂਕ ਜਿਹੜੇ ਆ ਸਾਨੂੰ ਇਹਦੇ ਕੋਰਟ ਦੇ ਜਿਹੜੇ ਆਰਡਰ ਆ ਚੁੱਕੇ ਆ ਵੀ ਤੁਸੀਂ ਲੋਨ ਭਰੋ, ਅਸੀਂ ਕਿੱਥੋਂ ਭਰੀਏ? ਸਾਨੂੰ ਖਾਣ ਨੂੰ ਤਾਂ ਰੋਟੀ ਨਹੀਂ ਮਿਲਦੀ, ਅਸੀਂ ਲੋਨ ਕਿੱਥੋਂ ਭਰੀਏ? ਜਿਹੜੀਆਂ ਕਿਸ਼ਤਾਂ LIC ਦੀਆਂ, ਜੇ ਅਗਰ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ ਤੇ ਸਾਨੂੰ ਕਈ ਮਹੀਨੇ ਉੱਤੇ LIC ਵਾਲੇ ਕਹਿੰਦੇ ਵੀ ਅਸੀਂ ਪੈਸਾ ਕਿੱਥੋਂ ਦਈਏ, ਉਹ ਬੰਦ ਹੋਣ ਨੂੰ ਹੋਏ ਪਏ ਆ ਕਿਉਂਕਿ ਸਾਡੀ LIC ਦੀਆਂ ਕਿਸ਼ਤਾਂ ਨਹੀਂ ਭਰੀਆਂ ਗਈਆਂ। ਅੱਜ ਕੀ ਮਾਮਲਾ ਕੀ ਹੈ ਸਰ? ਮੈਂ ਰਜੇਸ਼ ਕੁਮਾਰ ਸਫਾਈ ਸੇਵਕ ਜ਼ਿਲ੍ਹੇ ਪਠਾਨ। ਸਾਡੀਆਂ ਮੰਗਾਂ ਪਿਛਲੇ ਕਈ ਸਾਲਾਂ ਤੋਂ ਚੱਲੀ ਜਾਂਦੀਆਂ ਕਿ ਸਾਨੂੰ ਤਨਖਾਹ ਜਿਹੜੀਆਂ ਨਾ ਟਾਈਮ ਸਿਰ ਨਹੀਂ ਮਿਲਦੀਆਂ, 3 ਹੋ ਜਾਂਦੀਆਂ, 1 ਦੇ ਦਿੰਦੇ ਆ, 3 ਹੋ ਜਾਂਦੀਆਂ, 1 ਦੇ ਦਿੰਦੇ ਆ, ਪਿਛਲੇ ਕਈ ਸਾਲਾਂ ਤੋਂ ਚੱਲੀ ਜਾਂਦਾ। ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਕਿ ਤਨਖਾਹ ਸਾਨੂੰ ਟਾਈਮ ਨਾਲ ਦਿੱਤੀ ਜਾਵੇ ਤਾਂ ਕਿ ਅਸੀਂ ਆਪਦੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲ ਸਕੀਏ। 3 ਮਹੀਨੇ ਤਨਖਾਹ ਨੂੰ ਹੋ ਜਾਂਦੇ ਆ, ਬੈਂਕ ਦੀ ਜਿਹੜੀ ਕਿਸ਼ਤ ਕੱਟੀ ਜਾਂਦੀ ਹੈ ਸਾਡੀ ਉਹ ਕੱਟ ਕੇ ਕਮੇਟੀ ਵਾਲੇ ਆਪਦੇ ਕੋਲੇ ਰੱਖ ਲੈਂਦੇ ਆ। 20-20 ਮਹੀਨਿਆਂ ਦੀ ਕਿਸ਼ਤਾਂ ਜਿਹੜੀ ਹੈ ਬੈਂਕਾਂ ਦੀ ਕਮੇਟੀ ਕੱਟੀ ਬੈਠੀ ਹੈ, ਲੇਕਿਨ ਉਹਦੇ ਕੋਲੇ ਰੱਖੀ ਬੈਠੀ, ਉਹਨਾਂ ਬੈਂਕਾਂ 'ਚ ਨਹੀਂ ਭੇਜੀ। ਉਸ ਵਿਆਜ ਜਿਹੜਾ ਸਾਨੂੰ ਪਈ ਜਾਂਦਾ ਕਿ ਅਸੀਂ ਇੰਨੇ ਪਰੇਸ਼ਾਨ ਆ, ਨਾ ਸਾਡਾ PF ਜਮ੍ਹਾਂ ਹੋ ਰਿਹਾ ਤੇ ਨਾ ਸਾਡੀ ਮਤਲਬ ਤਨਖਾਹ ਟਾਈਮ ਨਾਲ ਦਿੱਤੀ ਜਾ ਰਹੀ ਹੈ। ਵੀ ਕਮੇਟੀ ਦੇ ਮੁਲਾਜ਼ਮਾਂ ਦੀ ਆਮਦਨ ਸਾਰੀ ਪਹਿਲਾਂ ਸਰਕਾਰ ਨੇ ਸਾਰੀ ਸਾਡੀ ਆਮਦਨ ਜਿਹੜੀ ਇੱਕੋ ਹੀ ਬੈਠੀ, ਬੀਮਾ ਵੀ ਕੱਟ ਕੇ, ਸਾਡੀ ਆਮਦਨ ਦਾ ਸੋਰਸ ਕੋਈ ਹੈ ਨਹੀਂ, ਸਿਰਫ ਕੋਈ ਨਕਸ਼ੇ ਨੁਕਸ਼ੇ ਜੇ ਕੋਈ ਆ ਜਾਏ ਤਾਂ ਆ ਜਾਏ, ਲੇਕਿਨ ਆਮਦਨ ਦਾ ਸੋਰਸ ਖੋਲਿਆ ਸਾਡੇ ਤੋਂ। ਅਸੀਂ ਕਹਿੰਦੇ ਵੀ ਜੇ ਤੁਸੀਂ ਸਾਡੀ ਆਮਦਨ ਖੋਲੀ ਹੈ ਤਾਂ ਸਾਨੂੰ ਪੰਜਾਬ ਗੌਰਮੈਂਟ ਦੇ ਮੁਲਾਜ਼ਮ ਬਣਾ ਲਓ, ਵੀ ਜਦੋਂ ਸਾਰਿਆਂ ਨੇ ਮਿਲ ਜਾਓ ਵੀ ਸਾਨੂੰ ਮਿਲ ਜਾਏਗਾ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਤਨਖਾਹਾਂ ਦਾ ਟਾਈਮ ਸਿਰ ਸਾਨੂੰ ਮਿਲੇ ਤਾਂ ਕਿ ਅਸੀਂ ਉਹਦੇ ਬੱਚੇ ਪਾਲ ਸਕੀਏ। ਨਾ ਸਾਡਾ PF ਜਮ੍ਹਾਂ ਹੋ ਰਿਹਾ, ਨਾ ਸਾਨੂੰ ਤਨਖਾਹਾਂ ਟਾਈਮ ਨਾਲ ਮਿਲਦੀਆਂ, ਨਾ ਸਾਡੀ ਕੋਈ ਪੈਨਸ਼ਨ ਹੈਗੀ। ਅਸੀਂ ਫਾਈਨੈਂਸ ਤੇ ਫੜ ਕੇ ਵਿਆਜ ਤੋਂ ਅਸੀਂ ਫੜ ਫੜ ਕੇ ਆਪਦਾ ਟਾਈਮ ਪਾਸ ਕਰਦੇ। ਅਸੀਂ ਉਹਨਾਂ ਵਿਆਜੋਂ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਸਾਡਾ ਟਾਈਮ ਪਾਸ ਕਰਾਈ ਜਾਂਦੇ, ਵੀ ਅਸੀਂ ਆਪਦਾ ਉਹਨਾਂ ਤੋਂ ਵਿਆਜ ਤੋਂ ਪੈਸਾ ਫੜ ਕੇ ਤੇ ਆਪਦਾ ਘਰ ਚਲਾਈ ਜਾਂਦੇ।
ਉਹ ਵਿਆਜ ਵਾਲਾ ਵੀ ਕਦੋਂ ਤੱਕ ਸਾਨੂੰ ਪੈਸੇ ਦਊਗਾ, ਜਦੋਂ ਸਾਡੀ ਤਨਖਾਹ ਮਿਲੂਗੀ ਫੇਰ ਹੀ ਸਾਨੂੰ ਉਹਨਾਂ ਨੂੰ ਦੇਣਾ ਪਊਗਾ ਸਰ। ਤੇ ਅਸੀਂ ਪਰੇਸ਼ਾਨ ਹੋਏ ਕੜਿਆ, ਇਹ ਕੰਮ ਅਸੀਂ ਕਰਿਆ ਮਜਬੂਰੀ ਚ ਕੀਤਾ ਨੀ, ਅਸੀਂ ਅੱਜ 3-4 ਸਾਲ ਹੋ ਗਏ ਸਾਨੂੰ ਇਹੀ ਪਰੇਸ਼ਾਨੀ ਚੱਲੀ ਜਾਂਦੀ ਹੈ। ਅੱਜ ਸਾਨੂੰ ਇਹਨਾਂ 3 ਮਹੀਨੇ ਟਪਾ ਤੇ, ਮੈਂ ਈਓ ਸਾਹਿਬ ਨੂੰ ਮਿਲਿਆ, ਮੈਂ ਕਿਹਾ ਸਰ ਸਾਨੂੰ ਇੱਕ ਤਨਖਾਹ ਦੇ ਦਿਓ ਵੀ ਤੁਸੀਂ ਸਾਡਾ ਸਿਸਟਮ ਜਿਹਾ ਸਹੀ ਹੋ ਜੂਗਾ। ਕੀ ਉਹਨੇ ਸਾਡੀ ਸੁਣਾਈ ਨੀ ਕੀਤੀ? ਅਸੀਂ SDM ਸਾਹਿਬ ਕੋਲ ਵੀ ਗਏ ਲੇਕਿਨ ਸਾਡੀ ਕੋਈ ਸੁਣਾਈ ਨੀ। ਗੁਰਪਿਆਰੇ, ਇਹ ਸਿਰਫ ਮਿਊਂਸੀਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੀ ਗੱਲ ਨਹੀਂ, ਬਹੁਤ ਸਾਰੇ ਅਦਾਰੇ ਅਜਿਹੇ ਨੇ ਜੋ ਆਏ ਦਿਨ ਆਪਣੀਆਂ ਤਨਖਾਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਉੱਤੇ ਉਤਰ ਰੋਸ ਪ੍ਰਦਰਸ਼ਨ ਕਰਦੇ ਨੇ। ਤੇ ਕਾਂਗਰਸ ਸਰਕਾਰ ਸੱਤਾ ਦੇ ਕਾਬਜ਼ ਹੋਣ ਤੋਂ ਪਹਿਲਾਂ ਜੋ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈ ਸੀ ਉਹਨਾਂ ਵਿੱਚ ਅੱਜ ਤੱਕ ਫੇਲ ਹੁੰਦੀ ਹੋਈ ਹੀ ਨਜ਼ਰ ਆਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮਿਊਂਸੀਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਸੜਕਾਂ ਉੱਤੇ ਕੂੜੇ ਦੇ ਢੇਰ ਲਾਉਣ ਤੋਂ ਬਾਅਦ ਪੰਜਾਬ ਸਰਕਾਰ ਦੀ ਕੁੰਭਕਰਨੀ ਨੀਂਦ ਖੁੱਲਦੀ ਹੈ ਜਾਂ ਨਹੀਂ ਖੁੱਲਦੀ? ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਅੱਜ ਕੀ ਮਾਮਲਾ ਕੀ ਹੈ? ਸਰ ਮੈਂ ਰਜੇਸ਼ ਕੁਮਾਰ ਸਫਾਈ ਸੇਵਕ ਜ਼ਿਲ੍ਹੇ ਪ੍ਰਧਾਨ। ਸਾਡੀਆਂ ਮੰਗਾਂ ਪਿਛਲੇ ਕਈ ਸਾਲਾਂ ਤੋਂ ਚੱਲੀ ਜਾਂਦੀਆਂ ਸਰ ਕਿ ਸਾਨੂੰ ਤਨਖਾਹ ਜਿਹੜੀਆਂ ਨਾ ਟਾਈਮ ਸਿਰ ਨਹੀਂ ਮਿਲਦੀਆਂ। 3 ਹੋ ਜਾਂਦੀਆਂ, 1 ਦੇ ਦਿੰਦੇ ਆ, 3 ਹੋ ਜਾਂਦੀਆਂ, 1 ਦੇ ਦਿੰਦੇ ਆ। ਪਿਛਲੇ ਕਈ ਸਾਲਾਂ ਤੋਂ ਚੱਲੀ ਜਾਂਦਾ। ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਕਿ ਤਨਖਾਹ ਸਾਨੂੰ ਟਾਈਮ ਨਾਲ ਦਿੱਤੀ ਜਾਵੇ ਤਾਂ ਕਿ ਅਸੀਂ ਆਪਦੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲ ਸਕੀਏ। 3 ਮਹੀਨੇ ਤਨਖਾਹ ਨੂੰ ਹੋ ਜਾਂਦੇ ਆ, ਬੈਂਕ ਦੀ ਜਿਹੜੀ ਕਿਸ਼ਤ ਕੱਟੀ ਜਾਂਦੀ ਹੈ ਸਾਡੀ ਉਹ ਕੱਟ ਕੇ ਕਮੇਟੀ ਵਾਲੇ ਆਪਦੇ ਕੋਲੇ ਰੱਖ ਲੈਂਦੇ ਆ। 20-20 ਮਹੀਨਿਆਂ ਦੀ ਕਿਸ਼ਤਾਂ ਜਿਹੜੀ ਹੈ ਬੈਂਕਾਂ ਦੀ ਕਮੇਟੀ ਕੱਟੀ ਬੈਠੀ ਹੈ ਲੇਕਿਨ ਆਪਦੇ ਕੋਲੇ ਰੱਖੀ ਬੈਠੀ, ਉਹਨਾਂ ਬੈਂਕਾਂ 'ਚ ਨਹੀਂ ਭੇਜੀ। ਉਸ ਵਿਆਜ ਜਿਹੜਾ ਸਾਨੂੰ ਪਈ ਜਾਂਦਾ ਕਿ ਅਸੀਂ ਇੰਨੇ ਪਰੇਸ਼ਾਨ ਆ, ਨਾ ਸਾਡਾ PF ਜਮ੍ਹਾਂ ਹੋ ਰਿਹਾ ਤੇ ਨਾ ਸਾਡੀ ਮਤਲਬ ਤਨਖਾਹ ਟਾਈਮ ਨਾਲ ਦਿੱਤੀ ਜਾ ਰਹੀ ਵੀ ਕਮੇਟੀ ਦੇ ਮੁਲਾਜ਼ਮਾਂ ਦੀ ਆਮਦਨ ਸਾਰੀ ਪਹਿਲਾਂ ਸਰਕਾਰ ਨੇ ਸਾਰੀ ਸਾਡੀ ਆਮਦਨ ਜਿਹੜੀ ਇੱਕੋ ਹੀ ਬੈਠੀ, ਬੀਮਾ ਵੀ ਕੱਟ ਕੇ। ਸਾਡੀ ਆਮਦਨ ਦਾ ਸੋਰਸ ਕੋਈ ਹੈ ਨਹੀਂ, ਸਿਰਫ ਕੋਈ ਨਕਸ਼ੇ ਨੁਕਸ਼ੇ ਜੇ ਕੋਈ ਆ ਜੇ ਤਾਂ ਆ ਜੇ ਲੇਕਿਨ ਆਮਦਨ ਦਾ ਸੋਰਸ ਖੋਲਿਆ ਸਾਡੇ ਤੋਂ। ਅਸੀਂ ਕਹਿੰਦੇ ਵੀ ਜੇ ਤੁਸੀਂ ਸਾਡੀ ਆਮਦਨ ਖੋਲੀ ਹੈ ਤਾਂ ਸਾਨੂੰ ਪੰਜਾਬ ਗੌਰਮੈਂਟ ਦੇ ਮੁਲਾਜ਼ਮ ਬਣਾ ਲਓ ਵੀ ਜਦੋਂ ਸਾਰਿਆਂ ਨੇ ਮਿਲ ਜਾਓ ਵੀ ਸਾਨੂੰ ਮਿਲ ਜਾਏਗਾ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਤਨਖਾਹਾਂ ਦਾ ਟਾਈਮ ਸਿਰ ਸਾਨੂੰ ਮਿਲੇ ਤਾਂ ਕਿ ਅਸੀਂ ਉਸਦੇ ਬੱਚੇ ਪਾਲ ਸਕੀਏ। ਨਾ ਸਾਡਾ PF ਜਮ੍ਹਾਂ ਹੋ ਰਿਹਾ, ਨਾ ਸਾਨੂੰ ਤਨਖਾਹਾਂ ਟਾਈਮ ਨਾਲ ਮਿਲਦੀਆਂ, ਨਾ ਸਾਡੀ ਕੋਈ ਪੈਨਸ਼ਨ ਹੈਗੀ। ਅਸੀਂ ਫਾਈਨੈਂਸ ਤੇ ਫੜ ਕੇ ਵਿਆਜ ਤੋਂ ਅਸੀਂ ਫੜ ਫੜ ਕੇ ਆਪਦਾ ਟਾਈਮ ਪਾਸ ਕਰਦੇ। ਅਸੀਂ ਉਹਨਾਂ ਵਿਆਜੋ ਨੂੰ ਮਾੜਾ ਨੀ ਕਹਿੰਦੇ ਜਿਹੜਾ ਸਾਡਾ ਟਾਈਮ ਪਾਸ ਕਰਾਈ ਜਾਂਦੇ ਵੀ ਅਸੀਂ ਆਪਦਾ ਉਹਨਾਂ ਤੋਂ ਵਿਆਜ ਤੋਂ ਪੈਸੇ ਫੜ ਕੇ ਤੇ ਆਪਦਾ ਘਰ ਚਲਾਈ ਜਾਂਦੇ। ਉਹ ਵਿਆਜ ਵਾਲਾ ਵੀ ਕਦੋਂ ਤੱਕ ਸਾਨੂੰ ਪੈਸੇ ਦਊਗਾ? ਜਦੋਂ ਸਾਡੀ ਤਨਖਾਹ ਮਿਲੂਗੀ ਫੇਰ ਹੀ ਸਾਨੂੰ ਉਹਨਾਂ ਨੂੰ ਦੇਣਾ ਪਊਗਾ ਸਰ। ਤੇ ਅਸੀਂ ਪਰੇਸ਼ਾਨ ਹੋਏ ਕੜਿਆ, ਇਹਦਾ ਕੰਮ ਅਸੀਂ ਕਰਿਆ ਮਜਬੂਰੀ 'ਚ ਕੀਤਾ ਨੀ, ਅਸੀਂ ਅੱਜ 3-4 ਸਾਲ ਹੋ ਗਏ ਸਾਨੂੰ ਇਹੀ ਪਰੇਸ਼ਾਨੀ ਚੱਲੀ ਜਾਂਦੀ ਹੈ। ਅੱਜ ਸਾਨੂੰ ਇਹਨਾਂ 3 ਮਹੀਨੇ ਟਪਾ ਤੇ, ਮੈਂ ਈਓ ਸਾਹਿਬ ਨੂੰ ਮਿਲਿਆ, ਮੈਂ ਕਿਹਾ ਸਰ ਸਾਨੂੰ ਇੱਕ ਤਨਖਾਹ ਦੇ ਦਿਓ ਵੀ ਤੁਸੀਂ ਸਾਡਾ ਸਿਸਟਮ ਜਿਹਾ ਸਹੀ ਹੋ ਜੂਗਾ। ਕੀ ਉਹਨੇ ਸਾਡੀ ਸੁਣਾਈ ਨੀ ਕੀਤੀ? ਅਸੀਂ SDM ਸਾਹਿਬ ਕੋਲ ਵੀ ਗਏ ਲੇਕਿਨ ਸਾਡੀ ਕੋਈ ਸੁਣਾਈ ਨੀ। ਮਤਲਬ ਇੱਕ ਕਦਮ ਚੱਕਣਾ ਪਿਆ।